यह जो किसानी झंडे पकड़े हुए और शादी का जोड़ा पहने हुए आपको दोनों पति पत्नी दिख रहे हैं यह कोई रैली में शामिल होने नहीं जा रही यह दोनों आज गुरदासपुर के गुरुद्वारे में पहुंचे हैं शादी करने के लिए यह लड़का है गुरदासपुर जिले के गांव नशहरा का रहने वाला दमनप्रीत सिंह जो कि खुद एक टीचर है और इसके साथ जो लड़की सतिंदर कौर शादी कर रही है वो विदेश से आई है इनकी शादी आज गुरदासपुर के गुरुद्वारे में होने जा रही है यहाँ लोग पूरी धूमधाम से शादी करने के लिए आते हैं वही यह बारात बड़े सादे तरीके से आई है और यहाँ लोग बतात वाली गाड़ी को पूरी तरह से सजा कर लाते हैं वह इन्होंने अपनी गाड़ियों पर किसानी को समर्पित झंडे लगाई हुई है इसके बारे में जब शादी करने के लिए लड़के से बात की गई तो उनका कहना था कि आज हमारे किसान जो सरकार द्वारा लाई गई बिलों का विरोध कर रहे हैं ये उनको समर्पित है आज हम बड़े ही सादे तरीके से शादी कर रहे हैं और अपनी गाड़ियों पर किसानी झंडे लगाकर घर से चले हैं और बारात में यह गाजे बाजे बजाते हैं वहाँ यह हाथों पर बैनर पकड़कर किसानी नारे लगा रहे हैं यह सब दिल्ली धरने पर बैठे किसानों को समर्पित है गुरदासपुर से जसविंदर बेदी की रिपोर्ट ਪਹਿਲੀ ਗੱਲ ਤਾਂ ਜੀ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਇਹ ਸਾਰਾ ਆਨੰਦ ਕਾਰਜ ਕੀਤਾ ਜੀ ਔਰ ਆਪਾਂ ਜਿਹੜੇ ਸਾਡੇ ਦਿੱਲੀ ਉਹ ਸੂਰਮੇ ਯੋਧੇ ਬੈਠੇ ਨੇ ਜੋ ਆਪਣੇ ਹੱਕਾਂ ਲਈ ਦੇਸ਼ ਦੇ ਹੱਕਾਂ ਲਈ ਜਿਹੜੇ ਬੈਠੇ ਨੇ ਉੱਥੇ ਜਾ ਕੇ ਜਿਨ੍ਹਾਂ ਪੱਕੇ ਡੇਰੇ ਲਾਏ ਨੇ ਆਪਣੇ ਘਰ-ਬਾਰ ਛੱਡ ਕੇ ਇੱਕ ਉਹਨਾਂ ਦੇ ਹੌਸਲੇ ਲਈ ਉਹਨਾਂ ਨੂੰ ਸਲਾਮ ਕਰਨ ਦੇ ਲਈ ਇੱਕ ਜਿਹੜਾ ਆਪਾਂ ਇਹ ਉਪਰਾਲਾ ਕੀਤਾ ਜੀ ਔਰ ਆਪਾਂ ਝੰਡੇ ਲਾ ਕੇ ਔਰ ਨਾਰੇ ਲਾ ਕੇ ਕਿਸਾਨੀ ਦੇ ਨਾਰੇ ਲਾਉਂਦੇ ਹੋਏ ਅੱਜ ਆਪਾਂ ਇਹ ਕਾਰਜ ਕਰਨ ਆਏ ਜੀ ਬਿਲਕੁਲ ਜੀ ਬਿਲਕੁਲ ਹਰ ਪ੍ਰੋਗਰਾਮ ਦੇ ਵਿੱਚ ਜਿੰਨਾ ਟਾਈਮ ਇਹ ਸਰਕਾਰ ਜਿਹੜੀ ਆ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਹਨਾਂ ਚ ਰੇ ਸਾਰੇ ਜਿਹੜੇ ਆ ਇਸੇ ਤਰ੍ਹਾਂ ਰੰਗ ਜਿਹੜੇ ਆ ਐਵੇਂ ਦੇ ਦੇਖਣ ਨੂੰ ਮਿਲਣਗੇ ਹਰ ਪ੍ਰੋਗਰਾਮ ਦੇ ਵਿੱਚ ਪੰਜਾਬ ਦਾ ਇੱਕ ਕਲਚਰ ਆ ਜਿਹੜਾ ਕਿਸਾਨੀ ਆ ਤੇ ਜੇ ਅੱਜ ਬਰਾਤ ਅੱਜ ਲੈ ਕੇ ਆਏ ਆ ਅਸੀਂ ਤੇ ਇਹ ਬੱਚੇ ਦੀ ਵੀ ਭਾਵਨਾ ਇਹਨਾਂ ਦੋਨਾਂ ਬੱਚਿਆਂ ਦੀ ਵੀ ਆਪਾਂ ਦਿੱਲੀ ਵਿਖੇ ਜੋ ਸਾਡਾ ਸੰਘਰਸ਼ ਚੱਲ ਰਿਹਾ ਹੈ ਇਹ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਸਾਢੇ 3-4 ਮਹੀਨੇ ਤੋਂ ਪੰਜਾਬ ਦੇ ਵਿੱਚ ਸੀ ਪਹਿਲਾਂ ਹੁਣ ਦਿੱਲੀ ਚ ਆ ਤੇ ਉਹਦੇ ਵਾਸਤੇ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ ਉਹਦੇ ਵਿੱਚ ਤੇ ਇਹਨਾਂ ਦੇ ਮਨ ਦੀ ਜਿਹੜੀ ਭਾਵਨਾ ਸੀ ਵੀ ਅਸੀਂ ਇੱਕ ਤੇ ਸਾਦਗੀ ਸਾਦੇ ਢੰਗ ਦੇ ਨਾਲ ਕਰਨਾ ਤੇ ਇੱਕ ਇਹ ਮੈਸੇਜ ਦੇਣਾ ਅਸੀਂ ਸਾਰੇ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਦੇਣਾ ਚਾਹੁੰਦੇ ਆ ਵੀ ਸਾਰੇ ਅਸੀਂ ਸਾਦਗੀ ਵੀ ਅਪਣਾਈਏ ਤੇ ਕਿਸਾਨੀ ਸੰਘਰਸ਼ ਨੂੰ ਵੀ ਸਮਰਪਿਤ ਕਿਉਂਕਿ ਸਾਡਾ ਕਲਚਰ ਬਣ ਚੁੱਕਾ ਸਾਡਾ ਹੱਕ ਹੈ ਇਹ ਨਸਲ ਬਚਾਉਣ ਦੀ ਗੱਲ ਹੈ ਜਿੱਥੇ ਕਿਸਾਨੀ ਬਚਾਉਣ ਦੀ ਗੱਲ ਹੈ ਨਾਲ ਦੀ ਨਾਲ ਆਪਣੀ ਨਸਲਾਂ ਨੂੰ ਬਚਾਉਣ ਦੀ ਗੱਲ ਹੈ ਇਸ ਕਰਕੇ ਅਸੀਂ ਇਹ ਜਿਹੜਾ ਇਹ ਬਹੁਤ ਜ਼ਰੂਰੀ ਆ ਵੀ ਸਾਨੂੰ ਕੀਤਾ ਇਹ ਆ ਵੀ ਵੇਖੋ ਅਸੀਂ ਬਿਲਕੁਲ ਸਾਦੇ ਢੰਗ ਦੇ ਨਾਲ ਅਸੀਂ ਜਦੋਂ ਘਰੋਂ ਤੁਰੇ ਆ ਤੇ ਬਕਾਇਦਾ ਇਹਦੇ ਲੜਕੇ ਦੇ ਜਿਹੜਾ ਅਸੀਂ ਮਨ ਦੀ ਭਾਵਨਾ ਸੀ ਵੀ ਅਸੀਂ ਕਿਸਾਨੀ ਦਾ ਝੰਡਾ ਲਾ ਕੇ ਕਿਉਂਕਿ ਇੱਕ ਇਹ ਵੀ ਪਛਾਣ ਬਣ ਚੁੱਕੀ ਆ ਆਇਡੈਂਟੀਟੀ ਸਾਡੀ ਬਣ ਗਈ ਵੀ ਕਿਸਾਨੀ ਦਾ ਝੰਡਾ ਲਾ ਕੇ ਆਪਣੀ ਗੱਡੀ ਦੇ ਉੱਤੇ ਕੋਈ ਇਹ ਫੁੱਲ ਨਹੀਂ ਲਾਏਗੇ ਕੋਈ ਸਜਾਵਟ ਨਹੀਂ ਕੀਤੀਗੀ ਸਿਰਫ ਇੱਕ ਕਿਸਾਨੀ ਦਾ ਝੰਡਾ ਲਾ ਕੇ ਸਾਦੇ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਆ ਕੇ ਤੇ ਆਨੰਦ ਕਾਰਜ ਕੀਤਾ ਤੇ ਅੱਜ ਮੀਡੀਏ ਦੇ ਰਾਹੀਂ ਇਹ ਮੈਸੇਜ ਅਸੀਂ ਦੇਣਾ ਚਾਹੁੰਦੇ ਆਂ ਕਿ ਸਾਨੂੰ ਸਾਰੇ ਪੰਜਾਬ ਦੇ ਜਿੰਨੇ ਵੀ ਬੱਚੇ ਬੱਚੀਆਂ ਨੇ ਜਾਂ ਹੋਰ ਵੀ ਸਾਡੇ ਘਰਾਂ ਦੇ ਜਿੰਨੇ ਵੀ ਪ੍ਰੋਗਰਾਮ ਫੰਕਸ਼ਨ ਆਉਂਦੇ ਨੇ ਉਹਨੂੰ ਸਾਦੇ ਢੰਗ ਦੇ ਨਾਲ ਕਿਸਾਨੀ ਰੰਗ ਦੇ ਵਿੱਚ ਰਾਂਗੇ ਕੇ ਅਸੀਂ ਤੇ ਇਹ ਜਿਹੜੇ ਪ੍ਰੋਗਰਾਮ